ਸੋਹਣੇ ਡਿਜ਼ਾਈਨ ਲਾ ਰੱਖੇ ਤਾਨੇ ਵੀ ਬੰਦਾ ਪਜਲ ਹੋ ਜਾ। ਜਿਹਨੇ 2023 ਵਾਲਾ ਸਟੋਕ ਪਾ ਲਿਆ ਤੇਲ ਵਾਲਾ, ਉਹਨੂੰ ਕਿਹਦਾ ਊਂ ਵੀ ਐਵਰੇਜ ਘੱਟੋ ਆਣੀ, ਗੱਡੀਆਂ ਟਰੈਕਟਰ ਊਂ ਵੀ ਘੱਟ ਜ਼ੋਰ ਮਾਰਾਂਗੇ। ਹਾਂਜੀ ਮਿੱਤਰੋ, ਕੀ ਹਾਲ ਚਾਲ ਆ? ਉਮੀਦ ਕਰਾਂ ਬਾਈ ਥਮੇ ਸਾਰੇ ਹੋਣਗੇ ਵਧੀਆ, ਆਲ ਗੁੱਡ। ਆਪਾਂ ਵਧੀਆ ਬਾਈ, ਸਵੇਰ ਸਵੇਰੇ ਸ਼ਹਿਰ ਆ ਗਏ ਬਈ ਅੰਬਾਲਾ, ਪਰ 10:30 ਹੋਏ ਹਾਂ। ਇੱਕ ਤਾਂ ਬਾਈ ਤੁਹਾਨੂੰ ਪਤਾ ਹੀ ਆ, ਫਿਰ ਕੰਮ ਚੱਲਦੇ ਮੈਂ ਕੋਈ ਸਮਾਨ ਉਹ ਲਿਆਓ ਵਾਹ ਲਿਆਓ, ਤਾਂ ਬਿਜਲੀ ਦਾ ਥੋੜ੍ਹੇ ਜਿਹੇ ਦੋ ਲੈਂਥਾਂ ਚਾਹੀਦੀਆਂ ਬਾਈ, ਪੈਪ ਚਾਹੀਦੇ ਆ, ਔਰ ਇੱਕ ਜਿਹੜਾ ਨਵਾਂ ਵਾਸ਼ਰੂਮ ਬਣਿਆ ਅਸੈਸਰੀ ਤੋਂ ਕੱਲ੍ਹ ਲੈ ਆਇਆ ਤਾ ਸਾਰੀ ਬਾਈ, ਚੁੰਟਿਆਂ ਵਗੈਰਾ ਜੋ ਵੀ ਕੁਛ ਹੈ ਜਿਸ ਕੀ, ਉਸਮਾਂ ਇੱਕ ਰਹਿ ਰਿਹਾ ਆਪਣਾ ਗੀਜ਼ਰ ਗਰਮ ਪਾਣੀ ਵਾਲਾ ਨਾ, ਕਿਉਂਕਿ ਠੰਡਾ ਹਾਈ ਆ, ਔਰ ਇੱਕੋ ਵੀ ਲਾ ਦੇਵੇਂਗੇ ਬਾਈ ਸੁਣ ਗੀਜ਼ਰ, ਤਾਂ ਇੱਕ ਗੀਜ਼ਰ ਚਾਹੀਦਾ ਦੋਨੋਂ ਕੰਮ। ਫਿਰ ਮਾਂ ਚੱਲ ਪੈਪ ਵੀ ਲਈ ਜਾਵਾਂਗੇ ਗੀਜ਼ਰ ਵੀ ਲਈ ਜਾਵੇਗਾ ਬਾਈ। ਓਹੋ ਪਿਆਰੀ ਲੱਗ ਰਹੀ ਹੈ ਗੱਡੀ, ਇਹ ਨਾ ਜਿਹੜੀ ਕਾਲੀ ਗੱਡੀ ਹੋਵਾ ਨਾ, ਇਹਨੂੰ ਤਾਂ ਬਾਈ ਫੁੱਲ ਬਲੈਕ ਹੋਣੀ ਚਾਹੀਦੀ ਆ, ਫਿਰ ਨਜ਼ਾਰਾ ਪੂਰਾ ਆਵਾ ਬਾਈ। ਵਿੱਚ ਮਾਂ ਨਾ ਉਹ ਜਿਹੜੀ ਕਰੋਮ ਜੀ ਲਾ ਦੇਣਾ ਕੁਛ ਕੰਪਨੀਆਂ, ਬੇਕਾਰ ਤਾਕੀਆਂ ਬਾ ਚੜ੍ਹਾ ਦੇਣੀ ਕਰੋਮ, ਜੇ ਪਤਾ ਨਹੀਂ ਬੰਦੇ ਯਾਰ ਐਸੀ ਕਰੋਮ ਲਵਾਵਾਂ ਨਾ, ਉਹ ਇੰਨੀ ਕੁ ਭੱਦੀ ਲਗਾ ਨਾ ਬੁਰਾ ਹਾਲ ਹੋਵਾ। ਤਾਂ ਜਿੰਨੀ ਕੁ ਸੋਬਰ ਸਿੰਪਲ ਬਲੈਕ ਕਲਰ ਕੀ ਆਊਟਪੁੱਟ ਆਵਾ ਗਈ, ਹਾਂ ਜ਼ਿਆਦਾ ਬਲੈਕ ਆ, ਉਹ ਚੀਜ਼ ਬਹੁਤ ਸੋਹਣੀ ਲਗਾ ਨਾ। ਕਈ ਵਾਰੀ ਮੈਂ ਦੇਖੋ ਹਾਂ ਬਾਈ ਫੁੱਲ ਬਲੈਕ ਸੇ ਹੋਣ, ਲੋਏ ਵੀਲ ਵੀ ਬਲੈਕ, ਉਹ ਸਾਡਾ ਬਲੈਕ ਸੱਚ ਮੈਨੂੰ ਖਤਰਨਾਕ ਲਗਾ, ਅਲੱਗ ਸੀ ਚੀਜ਼ ਲਗਾਇਆ। ਵਿੱਚੋਂ ਨਾ ਬੰਦੇ ਨਾ ਸਕੋਰਪੀਓ, ਜਿਸ ਤਰ੍ਹਾਂ ਸਕੋਰਪੀਓ ਇੰਨਾ ਰਹੀ ਆ ਬਾਈ, ਉਸਨੂੰ ਕਰੋਮ ਇਤਨੀ ਗੱਲ ਵਾਰ ਕੀ ਲੋਕਾਂ ਨੇ ਬਾਈ, ਲਾਈਟਾਂ ਵਾਹ ਵਾਹ ਕਰਾ ਗਾ ਵੀ ਸਾਲੀ ਉਰੀ ਕਰੋਮ ਦਿਖਾਉਣੀ ਹੈ ਚਮਕੀਲਾ, ਹੋਰ ਕਹੀਂ ਲਾ ਲਓ ਫੋਰਚੂਨਰ ਵਾ ਵੀ ਲੱਗੀ ਆ ਵਾ ਉਹ ਕਰੋਮ ਪਿੱਛੇ, ਤਾਂ ਕਈ ਵਾਰੀ ਕੰਪਨੀਆਂ ਕਰਦੇ ਆ, ਚਲੋ ਕੰਪਨੀ ਨੇ ਦੇ ਦੀ ਲੱਗੀ, ਸਾਲੇ ਇਹਨੂੰ ਘਰ ਆ ਗਾ ਤਾਰ ਦਿਓ ਕਰੋਮ ਨੂੰ, ਉਹਨੂੰ ਕਿਆ ਕਰਾਂਗੇ ਕਿਆ ਨਹੀਂ, ਤਾਂ ਕਰਕੇ ਹੋਇਆ। ਬਾਕੀ ਸ਼ਹਿਰ ਦੇਖਾਂ ਆਪਣਾ ਸਮਾਨ ਪੱਤਾ ਲਏ ਹਾਂ, ਬਾਕੀ ਅੱਜ ਟਾਇਲਾਂ ਵਾਲੇ ਮਿਸਤਰੀ ਕਾ ਬਾਈ ਸ਼ਾਇਦ ਅੱਜ ਕੰਪਲੀਟ ਹੋ ਜਾਏਗਾ ਕੰਮ, ਕਿਉਂਕਿ ਕੰਮ ਉਸ ਕਾ ਥੋੜ੍ਹੀ ਰਹਿ ਗਿਆ, ਔਰ ਅੱਜ ਆਉਣਾ ਬਾਈ ਦਰਵਾਜ਼ਾ ਆਉਣਾ ਮਿਸਤਰੀ ਨੇ, ਮਿਸਤਰੀ ਆਪਣੇ ਘਰ ਕਹੀ ਆ ਬਾਈ ਦਵਿੰਦਰ ਕਾ ਡੈਡੀ, ਉਹ ਕਾਰਪੇਂਟਰ ਉਸ ਕਾ ਕੰਮ ਕਰਾਂ ਵੁਡਨ ਕਾ ਬਾਈ, ਉਹਨੇ ਦਰਵਾਜ਼ੇ ਲਾਉਣੇ ਆ, ਮੈਂ ਬੁਰਾ ਆ ਗਿਆ, ਉਹਨੇ ਉਹ ਕਹਿੰਦੇ ਦਰਵਾਜ਼ੇ ਚੱਕ ਲੈ ਜੀਏ ਪਿੱਛੇ ਦੇ, ਚੱਲ ਜਾ ਕੇ ਜਾਊਂਗਾ, ਥੋੜ੍ਹਾ ਲੇਟ ਹੋ ਗਿਆ, ਨਹੀਂ ਸਵੇਰੇ ਹੀ ਕਹਿੰਦੇ, ਸਵੇਰੇ ਮੈਂ ਬੰਦੇ ਨੂੰ ਕਹਿ ਕੇ ਆਇਆ ਤਾ, ਪਰ ਬੰਦੇ ਨੂੰ ਕੁਛ ਮਿਲਿਆ ਨਹੀਂ ਸਾਧਨ, ਉਹ ਲੈ ਕੇ ਨਹੀਂ ਆਇਆ, ਇਹ ਵੀ ਜਾਊਂਗਾ 3 ਟਾਇਰ ਰੇਡੀ ਲੈ ਕੇ, ਫਿਰ ਵਾ ਲੈ ਕੇ ਜਾਊਂਗਾ, ਉਸ ਮੈਂ ਦਰਵਾਜ਼ੇ ਦਰੂਜਿਆਂ ਕੰਮ ਕਰਵਾਵਾਂਗੇ ਬਾਈ, ਕੰਮ ਬਹੁਤ ਆ, ਬਸ ਟੈਨਸ਼ਨ ਜ਼ਿਆਦਾ ਇਸ ਕੰਮ ਵਿੱਚ, ਕਰਾਓ ਕੰਮ ਖੜਕਾ ਕਰਾਓ, ਜੋ ਕਰਾਓ ਸਮਾਨ ਲਿਆਓ। ਸ਼ਹਿਰ ਮਾ ਹੋ ਬੰਦੇ ਨੂੰ ਹੈ ਤਾਂ ਸਹੂਲਤ ਆ, ਸ਼ਹਿਰ ਮਾ 1 ਮਿੰਟ ਮਾ ਜਾ ਕੇ ਬੰਦਾ ਲਿਆ ਵਾ, 2 ਮਿੰਟ ਲਗਾ ਇਮਾਂ ਨੂੰ, ਪਹਿਲਾਂ ਤਾਂ ਅੱਧਾ ਘੰਟਾ ਟੂਲ ਟੈਕਸ ਵਾ ਖੜੋ, ਫਿਰ ਹੋਰ ਤੁਹਾਨੂੰ ਪਤਾ 36-6 ਸ਼ਹਿਰ ਹੈਗਾ, ਘਰ ਕਹਿੰਦੇ ਸਬਜ਼ੀ ਲਈ ਆ ਜੋ ਲਿਆ ਦੇ ਵਾਹ ਲਿਆ ਦੇ, ਰੋਲੇ ਪੰਗੇ ਬਹੁਤ। ਚਲੋ ਦੇਖੀ ਜਾ ਕੇ ਜੋ ਬਣਾ ਬਾਈ, ਕਰਨੀ ਪੜਾ ਕਰਕੇ ਕੰਮ, ਮੈਨੂੰ ਤਾਂ ਜ਼ਰੂਰੀ ਹੂੰ। ਲਓ ਬਾਈ ਗੀਜ਼ਰ ਵੀ ਲੈ ਲਿਆ, ਪੈਪ ਵੀ ਲੈ ਲਈਏ, ਨਵੇਂ ਸਾਲ ਬਾਅਦ ਨਵੇਂ ਖਰਚੇ, ਨਵੇਂ ਸਾਲ ਨੂੰ ਤਾਂ ਹੋ ਗਏ 2-3 ਦਿਨ, ਖਰਚੇ ਤਾਂ ਚਲੇ ਰਹੇ ਬਾਈ ਆਪਣੇ, ਬਸ ਇੰਨਾ ਹੀ ਕੰਮ ਦਾ ਬਾਜ਼ਾਰ ਮਾ। ਉਹ ਅੱਗਾ ਕੋਈ ਮੋਟਰਸਾਈਕਲ ਆ ਗਿਆ ਯਾਰ, ਪਿੱਛੇ ਸਕੂਟਰੀ ਖੜੀ, ਸਾਲਾ ਸੈਪਾ ਹੋ ਗਿਆ, ਉਹ ਤੇਰੀ ਨਾ ਬਹੁਤ ਤੇਜ਼ ਚਲਾਵਾਂ ਯਾਰ ਈ ਰਿਕਸ਼ਾ ਵਾਲੇ, ਤਬਾਹੀ ਠਾਲ ਕੇ ਰੱਖਾਂ ਮੈਨੇ,
ਬਾਕੀ ਮਿੱਤਰੋ ਕੱਲ ਲਾਈਨਾਂ ਲੂਨਾਂ ਲੱਗ ਰਹੀ ਸੀ ਪੈਟਰੋਲ ਪੰਪਾਂ ਵਾ, ਬਟ ਅੱਜ ਕੰਮ ਘੱਟੋ ਆ, ਠੀਕ ਹੋ ਰਿਹਾ ਗਿਆ ਕੰਮ, ਹਾਲੇ ਚੱਲ ਗਿਆ ਦੁਬਾਰਾ, ਕੱਲ ਜ਼ਿਆਦਾ ਹੋ ਗਿਆ ਤਾ ਕੰਮ, ਉਲਝ ਗਿਆ ਤਾ ਕੰਮ, ਜ਼ਿਆਦਾ ਕਿਆ ਹੋ ਗਿਆ ਤਾ, ਉਲਝ ਗਿਆ ਤਾ ਕੰਮ। ਮੈਂ ਕੱਲ ਗੱਲ ਵੀ ਕਰ ਕਰ ਡਿਆ ਬਾਈ, ਬਈ ਸਨੈਪਚੈਟ ਪਰ ਇੰਸਟਾਗ੍ਰਾਮ ਪਰ ਸਟੋਰੀ ਪਾਈ ਸੀ, ਜ਼ਿਆਦਾ ਬੰਦੇ ਨੂੰ ਸੋਚਣ ਲੱਗ ਜਾ ਨਾ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤਾਂ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ, ਕੋਈ ਵੀ ਚੱਲ ਲਾ ਲਏ ਵੀ ਟਾਈਮ ਬਹੁਤ ਬਲਵਾਨ ਹੋਆ, ਟਾਈਮ ਕੋਈ ਪਤਾ ਨਹੀਂ ਆਪਾਂ ਨੂੰ ਕੀ ਕਦ ਕਿਸ ਚੀਜ਼ ਦੀ ਲੋੜ ਪੜ ਜਾ ਜਾਂ ਕਿਆ ਕੁਛ ਹੋ ਜਾ ਬਾਈ। ਆਪਾਂ ਚਲੋ ਈਵੀ ਨੂੰ ਹੀ ਲਾ ਲਏ ਵੀ ਇਲੈਕਟ੍ਰਿਕ ਬੈਟਰੀ ਵਾਲੀ ਸਕੂਟਰੀ ਹੋ ਗਈ ਜਾਂ ਗੱਡੀ ਹੋ ਗਈ, ਆਪਾਂ ਹੁਣ ਨਹੀਂ ਉਹ ਕਹਿ ਰਹੇ ਤੇ ਕੱਲ੍ਹ ਤੱਕ ਜੇ ਨਾ ਪੈਟਰੋਲ ਹੁੰਦਾ ਫਿਰ ਤਾਂ ਕਹਿ ਆਈ ਆ ਬੰਦਾ ਵੀ ਯਾਰ ਇਸ ਕਾ ਕਿਆ ਫਾਇਦਾ ਯਾਰ, ਕੋਈ ਜਾਓਗੇ ਇਹਨੂੰ ਚਾਰਜ ਲਾਇਆ ਕਰੋ, ਮਾਰੀ ਗੱਡੀ ਮੈਂ ਜਦ ਮਰਜ਼ੀ ਪੈਟਰੋਲ ਪਾਓ ਤੇਲ ਪਾਓ ਲੰਘ ਜਾਇਆ, ਇਸ ਕਾ ਕਿਆ ਫਾਇਦਾ। ਜੇ ਕੱਲ੍ਹ ਕੇ ਮੈਂ ਇਹਨੂੰ ਦੇਖਾਂ ਕੱਲ੍ਹ ਈ ਵੀ ਵਾਲੇ ਖੁਸ਼ ਹੋਰ ਤੇ ਈ ਵੀ ਵਾਲੇ ਕਹਿੰਦੇ ਨਹਿ ਖਾਂਦੇ ਫਿਰ ਰਹੇ ਸਾਲੇ ਪੈਟਰੋਲ ਆਵਾ ਧੱਕੇ, ਔਰ ਉਦੋਂ ਘਰੀਂ ਲਾ ਲੈਂਗੇ ਆਰਾਮ ਤੇ ਚਾਰਜ, ਨਾ ਪੰਪ ਵਾਲੀ ਗਿੜਤਾਲ ਨਾ ਤੇਲ ਪਵਾਉਣਾ ਨਾ ਕੁਛ, ਵੀ ਸਾਰਾ ਕੰਮ ਸੈੱਟ ਆ। ਵੀ ਟਾਈਮ ਕੋਈ ਪਤਾ ਨਹੀਂ ਹੁੰਦਾ, ਟਾਈਮ ਬਹੁਤ ਬਲਵਾਨ ਆ ਵੀ ਕਦ ਕਿਸ ਕਾ ਟਾਈਮ ਆ ਜਾ ਔਰ ਕਦ ਕਿਸ ਚੀਜ਼ ਦੀ ਲੋੜ ਪੜ ਜਾ, ਕੋਈ ਪਤਾ ਨਹੀਂ ਹੁੰਦਾ ਹੈ। ਇਸ ਤਰੀ ਜਦ ਨੋਟਬੰਦੀ ਮੈਂ ਹੋਇਆ ਤਾਂ ਲੋਕ ਨਹੀਂ ਕਹਿੰਦੇ, ਕਹਿੰਦਾ ਚਿੱਲਰ ਨਹੀਂ ਲੈਂਦਾ, ਮੈਂ ਚਿੱਲਰ ਕਹਿੰਦੇ ਸਿੱਕਿਆਂ ਨੂੰ ਬਾਈ, ਉਹ ਕਹਿੰਦੇ ਸਿੱਕੇ ਨਹੀਂ ਲੈਂਦਾ। ਫਿਰ ਜਦ ਨੋਟਬੰਦੀ ਦਾ ਟਾਈਮ ਆ ਲੋਕਾਂ ਨੂੰ ਲੋੜ ਪੜੀ ਪੈਸੇ ਕੀ, ਹਰੇਕ ਬੰਦਾ ਕਹਿੰਦਾ ਯਾਰ ਚਿੱਲਰ ਉਹ ਦੇ ਨੋਟ, ਕਹਿ ਨੋਟ ਤਾਂ ਮਿਲਣਾ ਨਹੀਂ ਤਾਂ ਉਸ ਟਾਈਮ, ਤਾਂ ਟਾਈਮ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਬਾਈ। ਕਿਸੇ ਚੀਜ਼ ਦੇ ਹੰਕਾਰ ਨਾ ਕਰੋ ਕਿਸੇ ਵੀ ਚੀਜ਼ ਦਾ, ਜਾਂ ਕਿਸੇ ਵੀ ਤਰ੍ਹਾਂ ਕਈ ਵਾਰ ਬੰਦਾ ਨਹੀਂ ਉਹ ਸੋਚਿਆ ਵੀ ਮੇਰੇ ਪਾਸ ਤਾਂ ਸਾਰਾ ਕੁਛ ਹੋ ਗਿਆ, ਮੈਨੂੰ ਕਿਆ ਲੋੜ ਆ ਕਿਸੇ ਚੀਜ਼ ਕੀ, ਜਾਂ ਮੈਨੂੰ ਇਸ ਬੰਦੇ ਦਾ ਕਿਆ ਲੋੜ ਆ, ਵੀ ਕੋਈ ਪਤਾ ਨਹੀਂ ਟਾਈਮ ਦਾ ਕਿਆ ਲੋੜ ਪੜ ਜਾ, ਕਿਸ ਬੰਦੇ ਤੱਕ ਪੜ ਜਾ, ਹਰ ਕਿਸ ਚੀਜ਼ ਦੀ ਲੋੜ ਪੜ ਜਾ, ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਬਾਈ। ਟਾਈਮ ਬਹੁਤ ਬਲਵਾਨ ਆ, ਉਹ ਦਿਖਾ ਦੇ ਆਪਣੇ ਰੰਗ, ਜਦ ਬੰਦਾ ਨਹੀਂ ਉਹ ਕਹਿਣ ਲੱਗ ਜਾਣਾ ਵੀ ਸਾਰਾ ਕੁਛ ਹੋ ਗਿਆ ਮੈਂ ਸਭ ਕੁਛ ਹਾਂ, ਫਿਰ ਬੰਦੇ ਨੂੰ ਦਿਖਾਓ ਵੀ ਨਾ ਹਾਲੇ ਬਹੁਤ ਕੁਛ ਪੜਿਆ ਤੇਰਾ, ਬਹੁਤ ਕੁਛ ਰਹਿ ਰਿਹਾ ਤੇਰੀ ਜ਼ਿੰਦਗੀ ਨੂੰ ਕਰਨ ਨੂੰ, ਤੇ ਹਾਲੇ ਟੀਕੇ ਰਹੋ। ਬਾਕੀ ਆ ਗਏ ਟੂਲ ਟੈਕਸ ਬਾਬਾ ਜੀ, ਹਾਂ ਬੱਚੇ ਪੜ੍ਹੇ ਹੈ, ਛੁੱਟੀ ਹੋ ਗਈ ਵਾ, ਗੁੱਡ ਗੁੱਡ। ਆਇਆ ਬਾਈ ਇਹ ਘੋੜੀ ਦਾ ਕੰਮ ਨਾ ਖਤਮ ਹੋ ਗਿਆ ਤਾ, ਮਿਸਤਰੀ ਨੂੰ ਬੜੀ ਘੋੜੀ ਦੀ ਉਹ ਪੰਜ ਸੱਤ ਪੁੱਟੀ ਪਤਾ ਨਹੀਂ ਅੱਠ ਪੁੱਟੀ ਪਤਾ ਨਹੀਂ ਨੌ ਪੁੱਟੀ ਦੀ, ਕਾਫੀ ਬੜੀ ਦੀ ਲੰਬੀ ਘੋੜੀ ਦੀ, ਤਾਂ ਉਹ ਕਹਿ ਰਹੇ ਦੇ ਯਾਰ ਇਸ ਕਾ ਕਿਰਾਇਆ ਰੋਜ਼ ਪੜ ਰਿਹਾ, ਅਤੇ ਅਮਨ ਕੀ ਰੇਹੜੀ ਮੰਗ ਕੇ ਲਿਆ ਜਾ, ਮੰਗ ਦੇ ਯਾਰ। ਬਟ ਸੈਟਰਿੰਗ ਵਾਲਾ ਹੈ ਨਹੀਂ ਉਰਾ, ਸੈਟਰਿੰਗ ਵਾਲਾ ਪਤਾ ਨਹੀਂ ਕਿੱਧਰ ਗਿਆ ਹੋਇਆ, ਕਿੱਧਰ ਬੀਜੀ ਆ, ਹੈ ਤਾਂ ਜੁਗਾੜ ਸਹੀ ਹੈ ਨਾ ਇਹ ਜੁਗਾੜੂ ਕੰਮ, ਟਰਾਲੀ ਜੀ ਵਧੀਆ ਬਾਈ ਮੋਟਰਸਾਈਕਲ ਵਾ, ਤਿੰਨ ਟਾਰੀ ਰੇਹੜੀ ਪਾ ਖਿੱਚਣੇ ਦੇ ਮਿੱਤਰੋ, ਟੈਲਾਂ ਵਾਲਾ ਜਿਹਾ ਮਲਵਾ ਦੇਖੋ ਕਿੰਨਾ ਚੜ੍ਹਾ ਦੀਆ, ਇਹ ਉਹ ਬੜਿਆ ਇੱਧਰ ਇਹ ਟਰੈਕਟਰ ਲੇਗਾ ਵਾਲੇ ਕੌਣ ਡੱਬਾ ਥਾ ਉਸਮਾਨ ਲੈ ਸੂੰਗਾ ਪਰਕ, ਬਾਕੀ ਠੰਡ ਵੀ ਪੂਰੀ ਹੋ ਰਹੀ ਆ ਬਾਈ ਧੁੰਦ ਧੰਦ, ਟਰੈਕਟਰ ਧੂੰਆਂ ਦੇਖੋ ਕਿਸ ਤਰ੍ਹਾਂ ਮਾਰ ਰਿਹਾ ਠੰਡ ਕਰਕੇ ਬਾਈ, ਠੰਡ ਬਹੁਤ ਹੋ ਰਹੀ ਆ। ਬਾਕੀ ਗੇਟ ਖੁੱਲ੍ਹਾ ਇੰਨਾ ਟਰੈਕਟਰ ਕਰਦੇ ਆ ਨਾ ਕੋਲਡ ਸਟਾਰਟ, ਇੰਨੀ ਦੇਰ ਧੂੰਆਂ ਮਾਰ ਆਇਓ ਹੋ ਗਈ ਆਵਾਜ਼ ਸੈੱਟ, ਯੋ
ਮਲਵੇ ਦਾ ਡੱਬਾ ਭਰ ਗਿਆ ਇੱਕ, ਮਲਵੇ ਦਾ ਡੱਬਾ ਭਰ ਗਿਆ ਇੱਕ। ਟਰੈਕਟਰ ਪਤਾ ਨਹੀਂ ਠਾਵਾ ਨਹੀਂ ਠਾਵਾ, ਪਾਪਾ ਕਹਿ ਰਿਹਾ ਹੁੱਕਾ ਨਾ ਤੋੜਦੀ ਸੀਗੀ ਮਾਂ, ਕੁਛ ਨਹੀਂ ਟੁੱਟਦਾ ਬਾਈ, ਉੱਪਰ ਉੱਪਰ ਲੱਗਦੇ ਤੁਹਾਨੂੰ ਗੱਤੇ ਪਿੱਛੇ ਤੋਂ ਸਾਲਾ ਨੀਰਾ ਮਾਲ ਉੱਪੜਿਆ ਮਾਂ, ਕੋਈ ਨਹੀਂ ਚਲਾ। ਵਜਨ ਮਿੱਤਰੋ ਜ਼ਿਆਦਾ ਹੋ ਗਿਆ ਪਿੱਛਾ, ਦੇਖੋ ਪੂਰਾ ਭਰਿਆ ਬਣਿਆ, ਅੱਗਾ ਨੀਰਜ ਬਿਠਾਇਆ ਮਾਂ, ਕਾਹਨੂੰ ਯਾਰ ਵਾ ਕਰਨਾ ਅੱਗਾ, ਕਦੀ ਕੰਮ ਖਰਾਬ ਹੋ ਜਾ। ਇਹ ਗਲੀ ਪੂਰੀ ਪੂਰੀ ਹੈ ਯਾਰ, ਇੱਧਰ ਉੱਧਰ ਹੋਵਾ ਫਿਰ ਔਖਾ ਹੋ ਜਾ। ਦੇਖੋ ਨੀਰਜ ਡਰ ਰਿਹਾ ਕਿਉਂ ਆ ਯਾਰ, ਡਰਨਾ ਵਾਲਾ ਯਾਰ ਦੋ। ਉਹ ਦੇਖੋ ਮੁੜਦਾ ਨਹੀਂ ਯਾਰ, ਇੰਨਾ ਮਲਬਾ ਗਿਰ ਗਿਆ ਇੱਕ ਹੋਰ ਆ ਗਿਆ ਡੱਬੂ, ਰਸਤੇ ਕਿਤੇ ਪੂਰੇ ਆਏ, ਪੱਕਾ ਤਸੱਲੀ ਕਰਾ ਦੇਵੇਂਗੇ ਬਾਈ, ਰਸਤਾ ਨਹੀਂ ਕੱਚਾ ਹੁੰਦਾ। ਬਾਕੀ ਮੰਦਰ ਵੀ ਕਾਫੀ ਸਾਰੀ ਹੋ ਗਈ ਬਾਈ, ਕਾਫੀ ਦਿਨਾਂ ਬਾਅਦ ਆਇਆ ਮੈਂ ਵੀ ਯਾਰ। ਚਲੋ ਬਾਈ ਮੰਮੀ ਨਿਰਜ ਇਸ ਤਰ੍ਹਾਂ ਕਰਾਂ, ਲਿਫਟ ਵਾਲੀ ਟਰਾਲੀ ਨੂੰ ਝਾੜਕਾ ਵਗ ਜਾਂਦੇ, ਇਹਦਾ ਤਾਰਨਾ ਪੜਾਗਾ, ਡੱਬਾ ਥੋੜ੍ਹਾ ਜਿਹਾ ਪੁੱਠਾ ਕਰਤੀ ਆ ਬਾਈ। ਮੈਂ ਕਿਹਾ ਚੱਲ ਸੌਖਾ ਉੱਧਰ ਜਾ, ਬਾਕੀ ਇੱਧਰ ਲੱਗ ਰਹੇ ਬਾਈ, ਚਾਰ ਦੀਵਾਰੀ ਹੋ ਗਈ ਇੱਧਰ, ਉਹ ਬਣ ਰਹੀ ਮੰਦਰ ਵੀ ਸਾਰੀ ਹੋ ਗਈ ਨਾ, ਸਾਈਡਾਂ ਉਹ ਬਣ ਰਹੀਆਂ ਬਾਈ, ਪਿੱਲਰ ਵੀ ਖੜ੍ਹੇ ਹੋ ਗਏ, ਹਰੀ ਹੋ ਰਹੀ ਕੰਧਾਂ ਹੁਣ। ਇਹ ਰਸਤਾ ਇਹ ਰਸਤੇ ਮੈਂ ਇਸ ਕਰਕੇ ਨਹੀਂ ਪਾ ਰਹੇ ਹਾਲੀ ਨਾ, ਭਰਤ ਪੜਾਗਾ ਬਾਈ, ਭਰਤ ਪਾਗਾ ਨਾ ਫਿਰ ਉਹ ਬਜਰੀ ਸੀ ਹੋ ਜਾਏਗੀ, ਹੈ ਨਾ ਓਕੇ ਰਿਪੋਰਟ ਰਸਤਾ ਹੋ ਜਾਏਗਾ। ਹਾਂ ਬਈ ਨਿਰਜ ਸਿਆ ਲੱਗ ਰਿਹਾ ਬਾਬੇ ਦੀ ਸੇਵਾ ਮਾਂ, ਕੰਮ ਨਾ ਸਮਝ ਇਹਨੂੰ, ਸੇਵਾ ਸਮਝ। ਲਓ ਬਾਈ ਮਲਬਾ ਵੀ ਤਾਰ ਰਹੇ, ਟਰੈਕਟਰ ਵੀ ਖੜਾਏ ਟਰੈਕਟਰ ਵਾਲੀ ਜਗ੍ਹਾ, ਮਲਬੇ ਦਾ ਜ਼ਿਆਦਾ ਬੁਰਾ ਹਾਲ ਹੋ ਗਿਆ ਬਾਈ, ਸਾਰਾ ਭਰਿਆ ਪੜਿਆ ਦਾ ਜੀ ਨਹੀਂ ਲੱਗਦਾ, ਕਸੀ ਚੱਕੀ ਆ ਰਿਹਾ ਗੱਭਰੂ, ਇਹ ਥੋੜ੍ਹਾ ਜਿਹਾ ਕਾ ਸੈੱਟ ਹੋ ਗਿਆ ਕੰਮ, ਮਲਬਾ ਭਰਿਆ ਪੜਿਆ ਦਾ, ਟੈਲਾਂ ਲੱਗਿਆ ਥੋੜ੍ਹਾ ਜਿਹਾ ਰਹਿ ਗਿਆ ਕੰਮ ਬਸ, ਅੱਜ ਆਇਆ ਨਹੀਂ ਵਾ, ਦੁਪਹਿਰੇ ਬਾਅਦ ਆਊਗਾ। ਲਓ ਬਾਈ ਗੱਡੀ ਨੂੰ ਮਾਰਦੀ ਆ ਸਲਫ, ਮਾਂ ਥੋੜ੍ਹੀ ਜਿਹੀ ਕੋਲਡ ਸਟਾਰਟ ਹੋ ਜਾਏਗੀ, ਉਹ ਵੀ ਥੋੜ੍ਹੀ ਗਰਮ ਹੋ ਜਾਏਗੀ ਬਾਈ, ਇੰਨਾ ਹੀਟਰ ਹੂਟਰ ਚੱਲ ਜਾਏਗਾ ਯਾਰ, ਠੰਡ ਪੂਰੀ ਹੋ ਰਹੀ ਆ ਬਾਈ। ਤਾਂ ਪੀ ਬੀ ਸੀ ਵਾਲੇ ਮੁੰਡੇ ਆ ਗਏ ਜੇ ਬਾਈ, ਆਪਣੇ ਪਿੰਡ ਮਾਈਆਂ ਕਰਾਂ ਪਾ ਕੰਮ, ਵਧੀਆ ਕਰਾਂ ਕੰਮ ਮੁੰਡੇ, ਤਾਂ ਉਹ ਪੀ ਬੀ ਸੀ ਦਾ ਸਮਾਨ ਲਿਖਵਾ ਕੇ ਉਹ ਲੈ ਕੇ ਆਉਣੀ ਆ ਬਾਈ, ਔਰ ਇੱਕ ਇਸਕਾ ਦਰਵਾਜ਼ੇ ਗੀ ਕੁੰਡੀਆਂ ਲੋਕ ਵਗੈਰਾ ਨਾ ਬਾਈ, ਅਸੈਸਰੀ ਜੋ ਵੀ ਲਗਾ ਕੇ ਉੱਪਰ ਦੇ ਉਹ ਆਪ ਲਿਆ ਕੇ ਦੇਣੀ, ਕਹਿ ਰਿਹਾ ਬਾਈ ਤੁਹਾਨੂੰ ਤਿੰਦਰ ਰੈਡੀ ਕਰ, ਜੈਸੀ ਤੁਹਾਨੂੰ ਪਸੰਦ ਆਓ ਬਾਈ, ਹਲਕੀ ਸਸਤੀ ਮਾੜੀ ਜੈਸੀ ਵੀ ਆਵਾਂ ਪਸੰਦ ਆਪਣੀ ਲੈ ਲਓ ਬਾਈ ਚੋਇਸ ਕੀ, ਤਾਂ ਉਹ ਲੈ ਖਾਣੀ ਆ। ਮੈਂ ਕਿਹਾ ਚਲੋ ਜੀ ਲੈ ਆਵਾਂ, ਦੋਨੋਂ ਕੰਮ ਨਿਬੜ ਜਾਂਗੇ ਆਪਣੇ। ਇੱਕ ਆਪਾਂ ਨੂੰ ਪੱਖਾ ਚਾਹੀਦਾ ਫੈਨ ਬੈਠਕ ਵਾਸਤੇ, ਜਿਹੜੀ ਆਪਾਂ ਨੇ ਬਣਾਇਆ ਨਾ ਰੂਮ ਬਾਈ, ਇਸਕਾ ਪੱਖਾ ਨਹੀਂ ਹੈ, ਪੱਖਾ ਲੈ ਜਾਣਾ ਉਹ ਪੀ ਵੀ ਸੀ ਵਾਲੇ ਕਹਿ ਕੇ, ਪੱਖਾ ਪੀ ਵੀ ਸੀ ਦੇ ਪੈਰ ਨਹੀਂ ਲਗਾ ਕੋ ਕੀ ਨਾ ਕਨੈਕਟਰ ਜਿਹਾ ਪੜ ਜਾਗਾ, ਚਲੋ ਜੀ ਜੋ ਵੀ ਪਾਉਣਾ ਪੜਾਗਾ ਜ਼ਰੂਰੀ ਆ ਬਾਈ, ਹੋਰ ਕਿਆ ਕਰਾਂਗੇ।
ਬਾਕੀ ਡੈਡੀ ਨੂੰ ਗਿਆ, ਡੈਡੀ ਆ ਰਿਹਾ ਕਹਿ ਰਿਹਾ ਮੈਂ ਚੱਲ ਆਕੇ ਨੂੰ ਲੈ ਆਇਆ ਰੱਬ ਦਾ ਨਾਮ। ਇੱਕ ਮੇਰਾ ਹੈਂਡਲ ਪਤਾ ਨਹੀਂ ਕਿਉਂ ਆਵਾਜ਼ ਕਰ ਰਿਹਾ ਯਾਰ, ਪਤਾ ਨਹੀਂ ਰਾਊਡਰ ਰੂਡਰ ਲੱਗ ਰਹੀ ਕੋਈ ਤੜਾ। ਅੱਛਾ ਤਾਲੇ ਵਾਲੀ ਦਿਖਾਏ ਯੂਵੀ ਸ਼ੀਟ ਹੈ, ਤੁਹਾਨੂੰ ਵੀ ਤਗੜਾ ਗਦਾਮ ਕਰ ਰਿਹਾ। ਇਹ ਤਾਂ ਉਹਨੇ ਕੇ ਗੋਡਾਊਨ ਤੋਂ ਪਿੱਛੇ ਹੈ, ਇਹ ਤਾਂ ਵਾਲੀ ਡੈਮੋ ਹੈ। ਠੀਕ ਹੈ ਠੀਕ ਹੈ, ਇੰਨੇ ਡਿਜ਼ਾਈਨ ਲਾ ਰੱਖੇ ਤੁਹਾਨੇ ਵੀ, ਬੰਦਾ ਪਜ਼ਲ ਹੋ ਜਾ। ਮਿੱਤਰੋ ਠੰਡ ਬਹੁਤ ਜ਼ਿਆਦਾ, ਅੱਜ ਸਾਡੇ ਨੇ ਕੜਾਕੇ ਘਟਾ ਦਈਏ। ਬਾਕੀ ਪੀ ਵੀ ਸੀਗਾ ਸਮਾਨ ਸਵੇਰੇ ਔਡਰ ਦੇ ਕੇ ਆਏ ਤੇ ਬਾਈ ਆਇਆ ਲੇਗਾ, ਅੰਦਰੇ ਵਾਰ ਦਈਏ ਬਾਈ ਆ ਜਾਂਦੇ। ਬਾਕੀ ਮਿੱਤਰੋ ਨਾ ਸਾਰੇ ਵੀਰ ਨਾ ਜਿੰਨੇ ਬਾਈ ਤੇਲ ਕੀ ਰਾਤ ਵਾਹ ਹੋ ਗਿਆ ਤਾ ਉੱਦਣ ਪਰਸੋਂ ਚੌਥਾ, ਉਸਨੂੰ ਦੇਖਾ ਜਿੰਨੇ ਬਾਈ ਪਾਣੀ ਵਾਲੀ ਟੰਕੀਆਂ ਡੋਡੂ ਨਹੀਂ ਛੋਡੇ ਜਾਂ ਊਂਸ ਵਾਲੀ ਖੜੀ ਖੜੀ ਘਰਾਂ ਜਿਹਨੇ ਲੋੜ ਨਹੀਂ ਦੀ। ਮੈਂ ਪਿਛਲੀ ਵਾਰੀ ਗੱਲ ਕਰੀ ਦੀ ਵੀ ਜਿਹਨੇ ਊਂ ਨਹੀਂ ਸਾਰੇ ਸਿਆਲਾਂ ਨਹੀਂ ਗੱਡੀ ਗੱਡੀ ਉਹਨੇ ਵੀ ਸਾਲੇ ਟੰਕੀ ਭਰਵਾਈ ਜਾ ਕੇ ਪੈਟਰੋਲ ਪੰਪ ਪਾ, ਵੀ ਕਿਨ ਕਿਨਗਾ ਵਿਅਸਤ ਗਿਆ ਤੇਲ, ਵੀ ਊਂ ਹੀ ਫਰੀ ਵੰਡ ਗਈ ਤੇਲ ਪੜ ਗਿਆ ਵਿੱਚ ਤਾਂ ਚਲੋ ਫੂਕਣ ਵਾਲੇ ਹੈ ਤਾਂ ਟੰਕੀ ਭਰਵਾ ਗਾ ਗਲਾ ਫੂਕ ਦੇਗਾ। ਜਿਹਨੇ ਉਹਨੂੰ ਦੇਖਦੇ ਦੇਖਦੇ ਵੀ ਬਹੁਤ ਖਰਚਾ ਕਰ ਲਈਏ ਵਿੱਚ ਲੋਕਾਂ ਨੇ, ਤੋ ਮੈਂ ਕਹਿ ਰਿਹਾ ਵੀ ਇੰਨਾ ਤੇਲ ਉਹਨੂੰ ਕਹਿੰਦਾ ਸਾਰੇ ਸਿਆਲੇ ਕਾ ਵੀ ਸਰ ਜਾਗਾ, ਵੀ ਕਿਹੜੇ ਕਿਹੜੇ ਬੰਦੇ ਨੇ ਸਾਰੇ ਸਿਆਲੇ ਕਾ ਤੇਲ ਲੈ ਕੇ ਰੱਖ ਲਿਆ ਇਸ ਦਿਨਾਂ, ਕਿੰਨੇ 50 ਲੀਟਰ ਦੇ ਵੱਧ ਤੇਲ ਪਵਾ ਲਿਆ ਤਾ ਬਾਈ, ਜਿੰਨੇ ਪਹਿਲਾਂ ਟੰਕੀ ਨਹੀਂ ਭਰਵਾਈ ਈਵਕਾ ਟੰਕੀ ਭਰਵਾਈ ਦੀ ਉਸ ਬਾਬਾ ਬਾਈ, ਇਹ ਜਿਹੜਾ ਜ਼ਿਆਦਾ ਪੈਟਰੋਲ ਬੰਦ ਹੋ ਗਿਆ ਤਾ ਬਾਈ, ਪੈਟਰੋਲਬੰਦੀ ਕਹਿ ਸਕਾਂ ਨਾ ਆਪਾਂ ਜਿਸ ਨੂੰ, ਜਿਸ ਤਰ੍ਹਾਂ ਨੋਟਬੰਦੀ ਕਹਿ ਰਹੇ ਤਾਂ ਆਪਾਂ ਉਹ ਪੈਟਰੋਲਬੰਦੀ ਦੀ ਇੱਕ ਹਿਸਾਬ ਗਈ ਬਾਈ, ਹੈ ਤਾਂ ਯੂਨੀਅਨ ਕਰਕੇ ਦੀ ਟਰੱਕ ਕੇ ਬਟ ਯੂਨੀਅਨ ਕਾ ਚੱਕਰ ਹੋਰ ਪੜ ਗਿਆ ਤਾ ਬਾਈ, ਪੈਟਰੋਲ ਪੰਪ ਕੇ ਲੈਂਦਾ ਵਾ। ਪਤਾ ਨਹੀਂ ਦੇਖੋ ਇਹ ਬਾਤ ਕਹਿਣੇ ਆ ਜਾ, ਆਪਾਂ ਕੈਸੀ ਜਨਰੇਸ਼ਨ ਆ ਮਾਰੀ, ਮੈਨੇ ਕਈ ਚੀਜ਼ਾਂ ਐਸੀ ਦੇਖ ਲਈ ਜਿਹੜੀ ਅੱਗਾ ਜਾ ਕੇ ਰਿਕੋਰਡੋ ਬਣਨ ਵਾਲੀ ਚੀਜ਼ਾਂ ਨੇ ਵਾਲੀ ਬਾਈ, ਕਰੋਨਾ ਲਾ ਲਓ ਇੱਕ ਰਿਕੋਰਡੋ ਆਪਣੇ ਨਿਆਣਿਆਂ ਨੂੰ ਅੱਗਾ ਦੱਸੇ ਕਰਾਂਗੇ ਬੜੇ ਹੋਊਗਾ ਵੀ ਸਾਲੇ ਜਦ ਕਰੋਨਾ ਆਇਆ, ਕਿਉਂਕਿ ਨਾ ਇਹ ਚੀਜ਼ਾਂ ਅੱਗਾ ਮੈਨੂੰ ਨਹੀਂ ਲੱਗਦਾ ਵੀ ਉਸ ਮਾਂ ਜ਼ਰੂਰ ਆਵਾਂਗੇ ਨੇ ਕਿਤਾਬਾਂ ਮੈਂ ਕਰੋਨਾ ਵਰਗੀ ਵਾਲੀ, ਵੀ ਪਹਿਲਾਂ ਕੋਈ ਐਸੀ ਬਿਮਾਰੀ ਹੋਈ ਤੀ ਜਿਹਨੇ ਕਰੋੜਾਂ ਲੋਕ ਮਾਰਦੀ ਤੇ
ਜਾਂ ਫਿਰ ਕੋਈ ਐਸਾ ਦਿਨ ਵੀ ਆਇਆ ਤਾ ਵੀ ਜਿੱਦਣ ਯਾਰ ਨੋਟਾਂ ਦੀ ਵੈਲਿਊ ਨਹੀਂ ਰਹੀ ਤੀ, ਨੋਟ ਜੀਰੋ ਹੋ ਗਏ ਤੇ ਦੇਖ ਲਏ ਵੀ ਲੋਕ ਬੈਂਕਾਂ ਮਾ ਖੜ ਗਏ, ਪੈਸਾ ਜਮੀ ਵੈਲਿਊ ਜੀਰੋ ਕਰਦੀ ਤੀ, ਵੈਲਿਊ ਜੀਰੋ ਹੋ ਗਏ ਤੇ ਵੀ ਨੋਟ ਕਾਗਜ਼ ਬਣ ਗਏ ਤੇ ਉਹ ਵੀ ਇੱਕ ਰਿਕੋਰਡ ਵਾਲੀ ਚੀਜ਼ ਆ, ਯੂ ਰਿਕੋਰਡ ਵਾਲੀ ਚੀਜ਼ ਆ ਵੀ ਸਾਲਾ ਲੋਕ ਸੋਚੇ ਕਰਨਗੇ ਜੇ ਪੈਟਰੋਲ ਬੰਦ ਹੋ ਜਾਵੇ ਕਿਆ ਬਣਾਂਗਾ ਦੁਨੀਆ, ਆਪਾਂ ਕਹਿ ਸਕਾਂ ਵੀ ਹੋਇਆ ਤਾਂ ਬੰਦ ਇੱਕ ਦਿਨ ਵਾਸਤੇ ਬੰਦ ਹੋਇਆ ਤਾਂ ਹਲਚਲ ਵਿੱਚ ਗਈ ਤੀ, ਨਿਊ ਹੋ ਗਿਆ ਤਾਂ ਵਾਹ ਹੋ ਗਿਆ ਤਾਂ ਲੋਕ ਪੈਟਰੋਲ ਪੰਪਾਂ ਮਾ ਖੜਨਗਾ ਹੋ ਗਏ, ਨਿਊ ਲਾਈਨਾਂ ਮਾ ਲੱਗ ਰਹੇ ਤੇ ਵਿੱਚ ਤੋਂ ਬੰਦੇ ਨੇ ਐਸਾ ਕੰਮ ਵੀ ਕਰਿਆ ਵੀ ਲਾਈਨ ਮਾ ਲੱਗਣਗੇ ਮਾਰਨੇ, ਕੋਈ ਕਹਿ ਰਿਹਾ ਵੀ ਕੋਈ ਪੀਪੀ ਭਰਾ ਅਗਲਾ ਅਗਲਾ ਕਹਿ ਰਿਹਾ ਯਾਰ 500-400 ਮੇਰੇ ਪਾਸ ਫਾਲਤੂ ਲੈ ਲਿਓ ਵੀ ਮੈਨੂੰ ਦੇ ਦੇ ਵੀ ਮੈਨੂੰ ਲਾਈਨ ਮਾ ਨਾ ਖੜਨਾ ਪੜਾ, ਐਸਾ ਵੀ ਕੁਛ ਹੋਇਆ ਜ਼ਿਆਦਾ ਨਹੀਂ ਮੈਂ ਕਹਿੰਦਾ ਮਿੱਤਰੋ 12-13 ਘੰਟੇ ਤੋਂ ਨਾ ਐਨ ਫੁੱਲ ਹਸਕਾ ਬਈ ਜਾਮ ਰਿਹਾ, ਪੰਪ ਵਾਲੇ ਵੀ ਕਹਿੰਦੇ ਹੋਣੇ ਵੀ ਇੰਨੀ ਸੇਲ ਨਹੀਂ ਸਾਲੀ ਕਦੀ ਦੇਖੀ ਹੈ, ਨੋਟਾਂ ਕੀ ਗੱਥੀਆਂ ਹੀ ਗੱਥੀਆਂ ਭਰ ਕੇ ਲੈ ਗਏ ਹੋਣੇ, ਹਿਸਾਬ ਨਹੀਂ ਆਉਂਦਾ ਜਿਹੜਾ ਤੇਲ ਪਾ ਰਿਹਾ ਤੁਹਾਨੂੰ, ਔਰ ਨਵਾਂ ਸਭ ਬੰਦਾ ਤਾਂ ਡਰ ਗਿਆ ਹੋਣਾ ਵੀ ਰੋਜ਼ ਕਿਤਨਾ ਕੁ ਤੇਲ ਪਾਊ, ਉਹਨੇ ਤਾਂ ਸਾਰੇ ਸਾਲ ਮੈਂ ਇੰਨਾ ਤੇਲ ਪਾਉਣਾ ਤਾਂ ਜਿਤਨਾ ਇੱਕੋ ਵਾਰੀ ਉਹ ਪਾ ਲਏ ਗਏ ਲੋਕ, ਬਾਈ ਬਹੁਤ ਇਕੱਠ ਹੋ ਗਿਆ ਤਾ, ਪਤਾ ਨਹੀਂ ਕਿਆ ਚੱਕਰ ਹੋ ਗਿਆ ਤਾ, ਹੋਵੋ ਵੀ ਯਾਰ ਹਰੇਕ ਬੰਦਾ ਬੰਦੇ ਕੀ ਇਨਸਾਨ ਕੀ ਮੈਂਟੈਲਿਟੀ ਆ ਬਾਈ, ਅਗਲਾ ਸੋਚੀਏ ਵੀ ਮੈਨੂੰ ਕਿਸੇ ਚੀਜ਼ ਕੀ ਰੁਕਾਵਟ ਨਾ ਪੜਾ, ਦੇਖੀ ਜਾਗੀ ਇੱਕ ਅੱਛਾ ਹੋਰ ਵੀ ਮੇਰੇ ਮਨ ਮਨ ਦਿਮਾਗ ਮੈਂ ਬਾਤ ਆ ਵਾ, ਯੂ ਕਈ ਵਾਰੀ ਇੱਕ ਚਾਲ ਨਾ ਹੋਵਾ ਜਿਸ ਤਰ੍ਹਾਂ ਨਵਾਂ ਸਾਲ ਤਾਂ ਬਈ ਭੈਣ ਪੁਰਾਣਾ ਤੇਲ ਉਸਮਾਂ ਕੁਛ ਹੋ ਗਿਆ ਹੋ ਸਾਰੀ ਉਹ ਵੇਚ ਬੂਚ ਗਿਆ, ਅਗਲੇ ਇੱਕੋ ਦਿਨ ਮਾ ਹਿਸਾਬ ਕਿਤਾਬ ਪੂਰਾ ਕਰ ਗਿਆ ਆਪਣਾ 31 ਦਸੰਬਰ ਕਰਕੇ, ਅਗਲੇ ਦਿਨ ਤਾਂ ਕੰਮੇ ਛਿੜ ਗਿਆ ਤਾਂ 2 ਤਰੀਕ ਹੀ ਬਾਤ ਆਇਓ, ਨਵੇਂ ਸਾਲ ਨੂੰ ਫਰੈਸ਼ ਤੇਲ ਦੀਆ ਇਹਨੇ ਸਾਰਿਆਂ ਨੂੰ ਕਰਕਾ ਸਾਰਾ ਪੁਰਾਣਾ ਨਾ ਆਪਣਾ ਸਟੋਕ, ਜਿਸ ਤਰ੍ਹਾਂ ਸੇਲ ਨਹੀਂ ਲਾਈ ਹੁੰਦੀ ਬਾਈ ਦੁਕਾਨਾਂ ਵਾਲੇ ਲਾ ਦੇ ਕਰਾਂ ਬਈ ਪੁਰਾਣਾ ਸਟੋਕ ਚੱਕੋ ਔਰ ਨਵਾਂ ਵਾ, ਉਹ ਵਾਲਾ ਕੰਮ ਹੋਇਆ ਨੇ ਪੁਰਾਣਾ ਸਟੋਕ ਸਾਰਾ ਕੱਢ ਦਿਆ, 2024 ਵਾਲਾ ਆਪਾਂ ਤਾਂ ਫਰੈਸ਼ ਸਟੋਕ ਪਾਵਾਂਗੇ, ਜਿਹਨੇ 2023 ਵਾਲਾ ਸਟੋਕ ਪਾ ਲਿਆ ਤੇਲ ਵਾਲਾ ਉਹਨਕੇ ਤਾਂ ਊਂ ਵੀ ਐਵਰੇਜ ਘੱਟੋ ਆਉਣੀ, ਗੱਡੀਆਂ ਟਰੈਕਟਰ ਊਂ ਵੀ ਘੱਟ ਜ਼ੋਰ ਮਾਰਾਂਗੇ, ਬਾਕੀ ਮਿੱਤਰੋ ਵੀਡੀਓ ਵਧੀਆ ਲੱਗਿਆ ਹੋਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ, ਔਰ ਜਿਹਨੇ ਜਿਹਨੇ ਟੰਕੀ ਭਰਵਾਈ ਦੀ ਉਹ ਕਮੈਂਟ ਜ਼ਰੂਰ ਕਰੀਓ ਵੀ ਇਸ ਬੰਦੇ ਕਹੂੰ ਠੱਪੂ ਲੱਗਿਆ ਬਾਈ, ਬਾਕੀ ਥੈਂਕ ਯੂ ਬਾਈ।